ਵਾਲੇਕੁਮ ਵੀਰ, ਹੋਰ ਸੁਣਾ ਕੀ ਹਾਲ ਚਾਲ? ਉਮੀਦ ਹੋ ਗਈ ਸਾਰੇ ਠੀਕ ਹੋਣਗੇ। ਅਤੇ ਅੱਜ ਰੂਸੀ ਦੀ ਲਾਸਟ ਡੇ ਪਟਾਈ ਹੋ ਰਹੀ ਹੈ, ਅੱਗੇ ਹੋ ਰਹੀ ਹੈ। ਮੈਂ ਥੋੜ੍ਹਾ ਜਿਹਾ ਲੇਟ ਆਇਆ, ਭਾਈ ਮੱਥੇ ਵੱਟ ਗਿਆ। ਵੇਖੋ ਭਾਈ ਠਲਕੇ ਵੱਗ ਗਿਆ, ਨਾਸ਼ਤਾ ਕਰਨ ਉੱਥੇ ਪਟੀ ਗਏ। ਇੱਥੇ ਚਿੱਟੇ ਆਲੂ ਹੋਣਾ, ਦੇਖ ਆ ਦੁਆੜਾ ਚਿੱਟਿਆਂ ਦਾ, ਦੁਆੜਾ ਉੱਥੇ ਕਿਤੇ ਟਰਾਲਾ ਖਲੋਤਾ, ਬਾਕੀ ਭਰਾ ਰੱਤੇ ਆਣ। ਮੱਥੇ ਪਟੀ ਜਾਣਾ, ਨੌਜਵਾਨ ਮਾਰੇ ਸਿੱਧ ਮੱਥੇ ਬਾਈ। ਮੁੜਕ ਭਾਈ ਆ ਜਾਂਦਾ ਚਲਾਈਂਦਾ, ਫਿਰ ਦੋਸਤਾਂ ਨੂੰ ਵੀ ਕਹਿੰਦਾ ਅਸੀਂ ਸਾਰੇ ਫਟੀ ਗਏ ਸਨ। ਅਤੇ ਫੋਰ ਵੀਲਰ ਸੋਭੋ ਨਾ ਮੈਂ ਲਿਆਂਦਾ, ਤਾਂ ਭਾਈ ਟਰੈਕਟਰ ਫੋਰ ਵੀਲਰ ਕੱਢ ਕੇ ਦਿਓ। ਟਰੈਕਟਰ ਕਿਤੇ ਫਸ ਗਿਆ ਗਵਾਡੀਆਂ ਤਾਂ ਉਹਦੇ ਗੜਾ ਮੈਨੂੰ ਵੱਗ ਗਿਆ, ਫੋਰ ਵੀਲਰ ਕੱਢ ਕੇ ਲਾਇਆ ਗਿਆ। ਉਹ ਗੱਡਾ ਮੈਨੂੰ ਗਿਆ, ਕਿਤੇ ਮੱਕੀ ਦਾ ਟਰਾਲਾ ਫਸ ਗਿਆ, ਲੇਬਰ ਹੀ ਨਹੀਂ ਹੋਈ, ਟਰਾਲਾ ਖਲੋਤਾ ਥੋੜ੍ਹੇ ਵੀ ਇੱਕ ਲਵਾ ਮਾਰਿਆ, ਬਾਕੀ ਦੋ ਕਿੱਲੇ ਖਲੋਤੇ ਦੁਬਾਰਾ। ਅੱਜ ਸਾਰੇ ਪਟੀ ਜੈਸਨ, ਆਲੂ ਜੈਸਨ, ਮੁੱਕ ਜੈਸਨ, ਲਾਸਟ ਡੇ ਮੱਥੇ ਪਾਈ ਅਸੀਂ ਤੋੜਦੇ ਪੱਟਣ। ਬਾਕੀ ਅਗਾਂਹ ਚੱਲਦਾ ਦੋ ਸੱਠ, ਫਿਰ ਦੋਸਤਾਂ ਨੂੰ ਵੀ ਖਾਈਦਾ ਥੋੜ੍ਹੀ ਜਿਹੀ ਪਰਫੋਰਮੈਂਸ ਆਖਰੀ ਦੇ, ਮੈਂ ਥੋੜ੍ਹੀ ਜਿਹੀ ਮੈਂ ਕਿਹਾ ਦੋਸਤਾਂ 60 ਦੀ ਪਰਫੋਰਮੈਂਸ ਥੋੜ੍ਹੀ ਵਿਖਾ ਦਿੰਦੇ, ਅਗਾਂਹ ਚੱਲਦਾ ਦੋਸਤਾਂ ਨਾਲ ਜੁੜੇ ਰਹਿਣਾ। ਹਾਂਜੀ ਦੋਸਤੋ, ਪਟਾਈ ਸ਼ੁਰੂ ਹੋ ਗਈ ਹੈ, ਪਟਾਈ ਕਰ ਰਹੇ ਹਾਂ। ਚਿੱਟੇ ਆਲੂਆਂ ਦੀ ਇੱਦੇ ਬਾਕੀ ਰਹਿ ਗਏ, ਪਟਾਈ ਹੋ ਜਾਣੀ। ਬਾਕੀ ਦੋਸਤਾਂ ਨੂੰ ਇਹ ਦੱਸਣਾ ਪਟਾਈ ਲਾਸਟ ਦੇ ਆਖਰੀ ਦੇ। ਮੇਰੇ ਵੀਡੀਓ ਕੋ ਲਾਈਕ, ਚੈਨਲ ਕੋ ਸਬਸਕ੍ਰਾਈਬ, ਸ਼ੇਅਰ ਜ਼ਰੂਰ ਕਰਨਾ। ਬਾਕੀ ਦੋਸਤੋ ਲਵ ਯੂ, ਹੋ ਗਿਆ।